ਕੇਅਰਸ ਯੂਅਰ ਬੋਡੀ ਹੋਰੀ ਬਾਬਾ ਤਿਆਰ ਰੱਖਿਓ, ਇਹਨਾਂ ਨੇ ਕਿਹਾ ਹੋਇਆ ਨਾ ਜੋ ਕਹੂਗਾ ਉਹ ਕਰਾਂਗੇ। ਕੋਈ ਗੱਲ ਨੀ ਗਰਲਸ, ਦੇਖਦੇ ਆਪਾਂ ਸਾਲਿਆ ਫੁੱਦੂ ਲਾ ਗਈ। ਦੋਸਤੋ, ਜਿਵੇਂ ਆਪਾਂ ਜਾਣਦੇ ਕਿ ਪੰਜਾਬੀ ਸਿੰਗਰ ਅਰਸ਼ ਬੈਣੀਪਾਲ ਦਾ ਮੁੱਦਾ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਭਖਿਆ ਹੋਇਆ, ਕਿਉਂਕਿ ਉਸ ਤੇ ਇੱਕ ਬਿਸ਼ੰਬਰ ਦਾਸ ਨਾਮੀ ਇੰਸਟਾਗ੍ਰਾਮ ਅਕਾਊਂਟ ਦੀ ਕੁੜੀ ਨੇ ਬਹੁਤ ਸਾਰੇ ਦੋਸ਼ ਲਾਏ ਸੀ ਤੇ ਉਸਨੇ ਵੱਡੇ ਵੱਡੇ ਖੁਲਾਸੇ ਕੀਤੇ ਸੀ, ਜਿਸ ਵਿੱਚ ਉਸਨੇ ਅਰਸ਼ ਬੈਣੀਪਾਲ ਬਾਰੇ ਇਹੋ ਜਿਹੀਆਂ ਗੱਲਾਂ ਕਹੀਆਂ ਜਿਸ ਨੂੰ ਸੁਣ ਕੇ ਹਰ ਇੱਕ ਬੰਦਾ ਹੈਰਾਨ ਹੋ ਜਾਂਦਾ ਸੀ। ਉਸਨੇ ਇਹ ਵੀ ਕਿਹਾ ਕਿ ਇਹ ਕੁੜੀਆਂ ਤੋਂ ਪੈਸੇ ਖਾਂਦਾ, ਨਾਲ ਦੀ ਨਾਲ ਇੱਕ ਕੁੜੀ ਨੂੰ ਪ੍ਰੈਗਨੈਂਟ ਕਰਨ ਤੱਕ ਦੀ ਉਸਨੇ ਗੱਲ ਕਹੀ ਸੀ। ਤੇ ਦੋਸਤੋ, ਬਹੁਤ ਸਾਰੇ ਸਰੋਤੇ ਜੋ ਅਰਸ਼ ਬੈਣੀਪਾਲ ਦੇ ਫੈਨਸ ਆ, ਉਹ ਅਰਸ਼ ਬੈਣੀਪਾਲ ਦੇ ਰਿਪਲਾਈ ਦਾ ਵੇਟ ਕਰ ਰਹੇ ਸੀ। ਸੋ ਅੱਜ ਫਿਰ ਬੈਣੀਪਾਲ ਨੇ ਲਾਈਵ ਹੋ ਕੇ ਉਸ ਕੁੜੀ ਦੀਆਂ ਗੱਲਾਂ ਦਾ ਜਵਾਬ ਦਿੱਤਾ ਤੇ ਬਹੁਤ ਸਾਰੇ ਉਸਨੇ ਖੁਲਾਸੇ ਕੀਤੇ। ਆਓ ਸਭ ਤੋਂ ਪਹਿਲਾਂ ਆਪਾਂ ਅਰਸ਼ ਬੈਣੀਪਾਲ ਦੀ ਉਹ ਲਾਈਵ ਵੀਡੀਓ ਦੇਖ ਲੈਂਦੇ ਹਾਂ। ਇਹ ਗਾਣਾ ਸਾਡੀ ਜ਼ਿੰਦਗੀ ਤੇ ਲੱਗਿਆ, ਮੈਨੂੰ ਮੇਰੀ ਆਪਣੀ ਜ਼ਿੰਦਗੀ ਤੇ, ਕਿ ਕਿਸੇ ਤੋਂ ਸਾਲੇ ਤੋਂ ਲੈ ਕੇ ਖਾਧਾ ਨਹੀਂ, ਕਿਸੇ ਤੋਂ ਕੌਫੀ ਤੱਕ ਨਹੀਂ ਪੀਤੀ ਅੱਜ ਤੱਕ। ਜੱਟ ਨੇ ਅਸੀਂ ਉਹਨਾਂ ਚੋਂ ਨਹੀਂ ਹੈਗੇ ਜਿਹੜੇ ਹੱਥ ਸਾਫ਼ ਕਰਕੇ ਸੌਂਫ ਖਾ ਕੇ ਪਹਿਲਾਂ ਨਿਕਲ ਜਾਂਦੇ ਨੇ। ਅਸੀਂ ਬਿੱਲ ਦੇ ਕੇ ਤੁਰਨ ਵਾਲਿਆਂ ਚੋਂ ਆ, ਸਕੂਲ 'ਚ ਪੜ੍ਹੇ ਹਾਂ, ਚੰਡੀਗੜ੍ਹ 26 ਸੈਕਟਰ ਕਾਲਜ 'ਚ ਪੜ੍ਹੇ ਹਾਂ ਵੀਰੇ, ਤੁਹਾਨੂੰ ਤਾਂ ਪਤਾ ਤੁਸੀਂ, ਠੀਕ ਆ, ਕਿਸੇ ਨੂੰ ਵੀ ਪੁੱਛ ਲਿਓ ਜੱਟ ਨੇ, ਜੇ ਕਦੇ ਕਿਸੇ ਫਿਲਮ ਸ਼ੁਰੂ ਕਰਦਿਆਂ ਦੇਖਿਆ, ਪਲੀਜ਼ ਸੇ ਬਲੈਸਡ, ਥੈਂਕ ਯੂ। ਇੱਕ ਇਹ ਆ ਜਵਲਾਂ ਕਹਿੰਦੀਆਂ ਸੀ, ਕਿਸੇ ਨੇ ਕਹਿੰਦਾ 26 ਸੈਕਟਰ ਤੋਂ ਵੀ ਸਾਡੇ ਨਾਲ ਹੀ ਪੜ੍ਹਦਾ ਸੀ ਅਰਸ਼, ਇਹ ਸਾਨੂੰ ਪਤਾ ਪਹਿਲਾਂ ਤਾਂ ਆਇਆ ਸੀ, ਕਹਿੰਦਾ ਸਾਡੇ ਨਾਲ ਰੂਮ ਚ ਰਹਿੰਦਾ ਸੀ, ਅੱਜ ਆਇਆ ਉੱਥੇ ਸਾਲਿਆ, ਜਿੱਦਾਂ ਰੀੜ ਦੀ ਹੱਡੀ ਹੈਗੀ ਆ ਨਾ, ਉਹਦੇ ਆਇਆ ਸੀ ਤਾਂ ਮੇਰੇ ਅਫੀਸ਼ੀਅਲ ਫੋਨ ਤੇ ਇੱਕ ਵਾਰ ਫੋਨ ਕਰਦੀ, ਕਹਿੰਦਾ ਫਲਾਣਾ ਫਲਾਣਾ ਬੰਦਾ ਵੀ ਮੈਂ ਦੇਖਿਆ ਤੂੰ ਐਂ ਕਰਦਾ ਸੀ, ਵੀ ਅਸਲੇ ਦਾ ਹੈਗਾ ਨਾ ਤਾਂ ਦੱਸ ਦੀ, ਠੀਕ ਹੈ, ਉੱਥੇ ਹੀ ਅੱਜ ਆਇਆ। ਸ਼ਾਵਲਾ ਹੋ ਗਿਆ ਜੀ, ਸ਼ਾਵਲਾ ਤੂੰ ਵੀ ਲੰਡਨ ਸਾਲਾ, ਮੇਰੇ ਸਕੂਲ ਚ ਪੁੱਛ ਲਿਓ ਜੀ ਜਿੱਥੇ ਜਿੱਥੇ ਮੈਂ ਪੜ੍ਹਿਆ, ਤੁਹਾਨੂੰ ਮੈਂ ਅੱਜ ਦੱਸਣ ਲੱਗਿਆ ਕਿਸਮ ਦੱਸਿਆ ਨੀ। ਮੇਰੀ ਸਕੂਲਿੰਗ ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ ਜੀ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਰਾੜਾ ਸਾਹਿਬ, ਤੇ ਉਸ ਤੋਂ ਬਾਅਦ ਮੈਂ ਪੜ੍ਹਿਆ ਜੀ ਨਨਕਾਣਾ ਸਾਹਿਬ ਕਿਸੜੂ। ਚਲੋ ਤਾਂ ਛੋਟੀ ਉਮਰ ਸੀ ਉਦੋਂ, ਕੋਈ ਏਦਾਂ ਦੀਆਂ ਗੱਲਾਂ ਹੁੰਦੀਆਂ ਨੀ। ਚਲੋ ਵੱਡੀ ਉਮਰ ਆਈ, 10ਵੀਂ 12ਵੀਂ ਵਾਲੀ ਆ ਗਈ, ਉਹ ਤੋਂ ਬਾਅਦ ਆ ਕੇ ਆ ਗਏ ਆਪਾਂ ਪਾਇਨੀਅਰ ਪਬਲਿਕ ਸਕੂਲ ਗੁਰਮੁਖ ਨਗਰ, ਤੇ ਉੱਥੇ ਪੜ੍ਹਿਆ। ਕਦੇ ਕਿਸੇ ਕੁੜੀ ਨੂੰ ਗਲਤ ਕਮੈਂਟ ਜਾਂ ਪ੍ਰਪੋਜ਼ ਤੱਕ ਕੀਤਾ ਹੋਵੇ ਜਾਂ ਰੋਕ ਕੇ ਜਾਂ ਕੁਛ ਕਿਸੇ ਕੁਛ ਗਲਤ ਕਦੇ ਬੋਲਿਆ ਹੋਵੇ, ਠੀਕ ਆ, ਪਲੀਜ਼ ਤੁਸੀਂ ਸਾਰੇ ਸੁਣ ਰਹੇ ਹੋ ਜੀ, ਕਿ ਮੇਰਾ ਦੇਖੂਗਾ ਨਾ, ਮੇਰਾ ਕੋਈ ਸਕੂਲ ਮੇਟ, ਮੇਰਾ ਕੋਈ ਕਾਲਜ ਮੇਟ, ਤੇ ਫਿਰ ਕਾਲਜ 'ਚ ਆ ਜਾਓ। ਕਾਲਜ 'ਚ ਵੀ ਜੇ ਕਿਸੇ ਕੁੜੀ ਨੂੰ ਰੋਕ ਕੇ ਕਮੈਂਟ ਜਾਂ ਕਮੈਂਟ ਪਾਸ ਕੀਤਾ ਹੋਵੇ ਜਾਂ ਕੁਛ ਵੀ ਕੀਤਾ ਹੋਵੇ, ਠੀਕ ਆ, ਤੇ ਕਾਲਜ ਦੇ ਵਿੱਚ ਵੀ ਪੁੱਛ ਲਿਓ। ਚਲੋ ਯੰਗ ਏਜ ਹੁੰਦੀ ਆ ਯਾਰ, ਗੱਲਾਂ ਹੁੰਦੀਆਂ ਨੇ, ਠੀਕ ਆ, ਉਹ ਮੇਰੀਆਂ ਪਰਸਨਲ ਸੀਗੀਆਂ, ਹਨਾ, ਉਦੋਂ ਚਲੋ ਉਹ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਮਾਰਦਾ ਹੁੰਦਾ, ਪਰ ਮੈਂ ਫਿਰ ਵੀ ਮੈਂ ਜਾਣੇ ਅਣਜਾਣੇ ਜਾਂ ਝੂਠ ਬੋਲ ਕੇ ਕਦੇ ਕਿਸੇ ਨੂੰ ਫਸਾ ਕੇ ਜੋ ਕਰਕੇ ਕਦੇ ਇਹੋ ਜਿਹੀ ਗੱਲ ਨਹੀਂ ਕੀਤੀ, ਠੀਕ ਆ। ਜਿਹੜੇ ਮੇਰੇ ਬੈਚਮੇਟ ਨੇ ਸਭ ਜਾਣਦੇ, ਸਾਡੇ ਫਰੈਂਡਸ ਵੀ ਸੀਗੀਆਂ ਚੰਗੀਆਂ ਕੁੜੀਆਂ, ਹਨਾ, ਸੋ ਸਾਰੇ, ਸੋ ਕਹਿਣ ਦਾ ਮਤਲਬ ਵੀ ਕੋਈ ਕਹਿ ਦੇਵੇ ਆ ਕੇ ਵੀ ਅਰਸ਼ ਨਹੀਂ ਯਾਰ ਉਹ ਚੀਜ਼ ਕਰਤੀ ਸੀ, ਅਰਸ਼ ਨੇ ਯਾਰ ਉਹ ਨਹੀਂ ਕੀਤਾ, ਰੂਮ ਦੇ ਰੈਂਟ ਦੇ ਪੈਸੇ ਨਹੀਂ ਦਿੱਤੇ ਯਾਰ, ਵੀ ਅਰਸ਼ ਨੇ ਉਹ ਨਹੀਂ ਕੀਤਾ, ਠੀਕ ਹੈ, ਬਿਲਕੁਲ ਨਹੀਂ। ਮੇਰੇ ਬੈਚਮੇਟਸ ਨੇ ਜਿਹੜੇ ਮੇਰੇ ਰੂਮਮੇਟਸ ਰਹੇ ਨੇ ਮੇਰੇ ਨਾਲ, ਪਲੀਜ਼ ਤੁਸੀਂ ਕਮੈਂਟ ਜ਼ਰੂਰ ਕਰਨੇ ਨੇ ਉੱਥੇ ਜਾ ਕੇ ਮੇਰੇ ਬਾਰੇ ਕਿ ਮੈਂ ਕਿੱਦਾਂ ਦਾ ਵੀਰੇ, ਠੀਕ ਹੈ, ਤੁਸੀਂ ਕਿਉਂਕਿ ਤੁਸੀਂ ਜਾਣਦੇ ਹੋ ਮੈਨੂੰ, ਤੁਸੀਂ ਮੇਰੇ ਨਾਲ ਰਹੇ ਹੋਏ ਹੋ, ਠੀਕ ਹੈ, ਠੀਕ ਹੈ। ਸੋ ਉਹ ਉਮਰਾਂ 'ਚ ਗਲਤੀਆਂ
ਹੁੰਦੀਆਂ ਨੇ ਪਰ ਆਪਾਂ ਕਦੇ ਇਹੋ ਜਿਹੀਆਂ ਚੀਪ ਗੱਲਾਂ ਨਹੀਂ ਕੀਤੀਆਂ ਲਾਈਫ ਦੇ ਤੇ ਸੌ ਗੱਲਾਂ ਹੁੰਦੀਆਂ ਨੇ ਲੜਦੇ ਵੀ ਸੀ ਭਿੜਦੇ ਵੀ ਸੀ ਟਾਈਮ ਚੱਕੇ ਵੀ ਨੇ ਚਖਾਏ ਇੱਕ ਵਾਰ ਮੇਰਾ ਵੀ ਚੱਕਿਆ ਗਿਆ ਸੀ ਤੇ ਇਹ ਚੀਜ਼ਾਂ ਇਟਸ ਅ ਪਾਰਟ ਆਫ ਲਾਈਫ ਉਹ ਉਮਰ 'ਚ ਨਹੀਂ ਪਤਾ ਹੁੰਦਾ ਸੋ ਬਾਅਦ 'ਚ ਗੱਲਾਂ ਹੋ ਜਾਂਦੀਆਂ ਨੇ ਦੇਣੇ ਲੈਣੇ ਹੁੰਦੇ ਨੇ ਪਰਿਵਾਰਾਂ 'ਚ ਹੁੰਦੇ ਨੇ ਆਮ ਘਰਾਂ 'ਚ ਹੁੰਦੇ ਨੇ ਭੈਣ ਭਾਈਆਂ ਨਾਲ ਹੁੰਦੇ ਨੇ ਯਾਰਾਂ ਦੋਸਤਾਂ ਨਾਲ ਹੁੰਦੇ ਨੇ ਠੀਕ ਆ ਹਰ ਇੱਕ ਘਰ ਦੀ ਸਟੋਰੀ ਹੈ ਆਮ ਮੀਡੀਅਮ ਮਿਡਲ ਕਲਾਸ ਫੈਮਿਲੀ ਦੀ ਹੈ ਨਾ ਸੋ ਲੈਣੇ ਸਾਲਾ ਅੱਜ ਤੱਕ ਕੋਈ ਵੀ ਇੱਕ ਵੀ ਕੁੜੀ ਉੱਠ ਕੇ ਕਹਿ ਦੇਵੇ ਜੇ ਅੱਜ ਤੱਕ ਕਦੇ ਅਰਸ਼ ਬੈਨੀਪਾਲ ਨੇ ਉਹ ਤੋਂ ਪੈਸੇ ਲਏ ਹੋਣ ਠੀਕ ਹੈ ਕੋਈ ਵੀ ਪਲੀਜ਼ ਪਰ ਮੇਰੀ ਇੱਕ ਰਿਕੁਐਸਟ ਹੈ ਮੇਰੇ ਫਰੈਂਡਸ ਨੂੰ ਫੈਨਸ ਨੂੰ ਚਾਹੇ ਉਹ ਕੁੜੀਆਂ ਨੇ ਚਾਹੇ ਉਹ ਮੁੰਡੇ ਨੇ ਜਿਹੜੇ ਮੇਰੇ ਨਾਲ ਖੜੇ ਨੇ ਇੰਨਾ ਕੁ ਤਾਂ ਮਾਣ ਰੱਖਿਓ ਮੇਰੇ 'ਤੇ ਵੀ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਆਈ ਲਵ ਯੂ ਸੋ ਪਰ ਜਿਹੜੇ ਸਾਡੇ ਵਾਲੇ ਨੇ ਨਾ ਸਾਡੇ ਵਾਲੇ ਜਿਹੜੇ ਮੇਰੇ ਨਾਲ ਵਰਤੇ ਨੇ ਮੇਰੇ ਨਾਲ ਰਹੇ ਨੇ ਮੇਰੇ ਸਕੂਲ ਤੋਂ ਜਿਹੜੇ ਸੀਗੇ ਅੱਜ ਵੀ ਉਹੀ ਨੇ ਲਿਮਿਟਡ ਰਹੇ ਨੇ ਡੀ ਬੰਦਾ ਕਦੇ ਮੂੰਹ ਨਹੀਂ ਲਾਇਆ ਮਤਲਬ ਡੀ ਗ੍ਰੇਡ ਜਿਵੇਂ ਇਹ ਜਵਲਾ ਵਰਗਾ ਇਹ ਡੀ ਮਾਈਨਸ ਆ ਜਾਂਦੀਆਂ ਨੇ ਤੇ ਆਪਾਂ ਕਦੇ ਲਾਈਫ 'ਚ ਨਹੀਂ ਰੱਖਿਆ ਉਹਨਾਂ ਟਾਈਮਾਂ ਤੋਂ ਕਾਲਜ 'ਚ ਵੀ ਖੜੇ ਹਾਂ ਜਿੱਥੇ ਖੜੇ ਹਾਂ ਇੱਕ ਤਾਣ ਕੇ ਖੜੇ ਹਾਂ ਬਾਈ ਭਰਾਵਾਂ ਨਾਲ ਖੜੇ ਮਹਾਰਾਜ ਨੇ ਇਹੋ ਜਿਹੇ ਯਾਰ ਦਿੱਤੇ ਨੇ ਚਾਹੇ ਉਹ ਹਰਿਆਣੇ ਦੇ ਨੇ ਚਾਹੇ ਉਹ ਯੂਪੀ ਦੇ ਨੇ ਸਾਡੇ ਨਾਲ ਜਿਹੜੇ ਵੀ ਸੀਗੇ ਉਹ ਮੈਨੂੰ ਹਮੇਸ਼ਾ ਇਹ ਰੱਖਦੇ ਸੀ ਵੀ ਤੂੰ ਤੂੰ ਓ ਯਾਰ ਤੂੰ ਅੱਗੇ ਨਹੀਂ ਤੂੰ ਪਿੱਛੇ ਰਹਿ ਠੀਕ ਹੈ ਕਿਉਂਕਿ ਉਹ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਬੋਕਸਰ ਸੀਗੇ ਮੁੰਡੇ ਉਹ ਮੈਨੂੰ ਕਹਿੰਦੇ ਸੀ ਤੂੰ ਫੇਰ ਆਉਣੀ ਹੈ ਜੇ ਤੇਰੀ ਲੋੜ ਪਈ ਠੀਕ ਹੈ ਇਹੋ ਜਿਹੇ ਭਰਾ ਖੱਟੇ ਸੀ ਮੈਂ ਤੇ ਉਹ ਅੱਜ ਵੀ ਮੇਰੇ ਨਾਲ ਨੇ ਠੀਕ ਆ ਸਕੂਲ ਵਾਲੇ ਠੀਕ ਆ ਤੇ ਕਾਲਜ ਵਾਲੇ ਹੋ ਗਏ ਸਾਡਾ ਸੋਨੀ ਧਾਲੀ ਵਾਲ ਉਹਨੂੰ ਪੁੱਛ ਲਿਓ ਸਾਡਾ ਕੋਈ ਵੀ ਸਰਕਲ ਹਨਾ ਚੰਡੀ ਸੋ ਅਸੀਂ ਮਿਹਨਤ ਕਰਨ ਵਾਲੇ ਜੱਟ ਆ ਪਿੰਡਾਂ ਵਾਲੇ ਟਰੈਕਟਰਾਂ ਵਾਲੇ ਠੀਕ ਆ ਤੇ ਇੱਧਰ ਹੁਣ ਅਸੀਂ ਕੈਨੇਡਾ 'ਚ ਆ ਗਏ ਤੇ ਹੁਣ ਅਸੀਂ ਟਰੱਕਾਂ ਵਾਲੇ ਵੀ ਆ ਨਾਲ ਠੀਕ ਆ ਅਸੀਂ ਮਿਹਨਤੀ ਆ ਤੁਸੀਂ ਕਹਿੰਦੇ ਹੋ ਆਹ ਚੀਜ਼ਾਂ ਕੁਛ ਕਰਨੀ ਲਾਈਫ 'ਚ ਉਹ ਚਨੀਚ ਹੁੰਦੀ ਰਹਿੰਦੀ ਆ ਜਦੋਂ ਤੁਹਾਡੇ ਨਲੀਆਂ ਆਉਂਦੀਆਂ ਸੀ ਨਾ ਚਬਲੋ ਉਦੋਂ ਮੈਂ ਆਸਟ੍ਰੇਲੀਆ ਸੀ ਠੀਕ ਹੈ ਤਿੰਨ ਤਿੰਨ ਕੰਮ ਕਰਦਾ ਸੀ ਟਰੱਕ ਚਲਾਉਂਦਾ ਸੀ ਸੀ ਐਮ ਬੀ ਵੋਲਵੋ ਤੇ ਮੈਕ ਦੀ ਕੰਪਨੀ ਸੀ ਉਹਦੇ ਐਜ਼ ਅ ਪੜ੍ਹੀ ਮੈਂ ਫਲਾਣੀ ਮੈਂ ਮੈਜਿਸਟ੍ਰੇਟ ਜੱਜ ਦਾ ਉਹਦਾ ਪਤਾ ਕਿੱਡਾ ਹੁੰਦਾ ਇੱਕ ਆਨਰੇਬਲ ਅਹੁਦਾ ਹੈ ਉਹ ਜੱਜ ਉਹ ਕਦੇ ਵੀ ਇਹ ਵਨ ਸਾਈਡਡ ਗੱਲ ਸੁਣ ਕੇ ਫੈਸਲੇ ਨਹੀਂ ਲੈਂਦੇ ਹਾਸਾ ਆਉਂਦਾ ਤੇਰੇ ਤੇ ਪੜ੍ਹੀ ਲਿਖੀ ਅਨਪੜ੍ਹ ਹੈ ਤੂੰ ਠੀਕ ਹੈ ਸੋ ਇਹ ਚੀਜ਼ ਸ਼ੇਮ ਔਨ ਯੂ ਗਰਲਸ ਦੇਖੋ ਹੱਥ ਤੇ ਬਣਾਇਆ ਮੈਂ ਕਰਕੇ ਸ਼ੇਰ ਨਹੀਂ ਨਾ ਮੂੰਹ ਦਿਖਾਇਆ ਪਤਾ ਨਹੀਂ ਕਿੱਦਾਂ ਸ਼ੇਰ ਨਹੀਂ ਨਾ ਬਣਾਓ ਇਟਸ ਅ ਗੇਮ ਪਹਿਲਾਂ ਓਪਨ ਸੀਗੀਆਂ ਆਈਡੀਆਂ ਇਹਨਾਂ ਦੀਆਂ ਹੁਣ ਉਹ ਪ੍ਰਾਈਵੇਟ ਹੋ ਗਈਆਂ ਕਿ ਇਹਨਾਂ ਨੂੰ ਜੇ ਇਹਨਾਂ ਦੀ ਚੀਜ਼ ਤਾਂ ਦੇਖੋਗੇ ਜੇ ਇਹਨਾਂ ਨੂੰ ਫੋਲੋ ਕਰੋਗੇ ਸੋ ਇਟਸ ਅ ਬਲੱਡੀ ਗੇਮ ਇਹਨਾਂ ਕੋਲ ਨਾ ਜਾਓ ਗੋ ਟੂ ਦਾ ਲਾਅ ਗੋ ਟੂ ਦਾ ਕੋਰਟ ਗੋ ਟੂ ਦਾ ਪੁਲਿਸ ਇੱਥੇ ਆਹ ਕੰਟਰੀਆਂ 'ਚ ਰਹਿ ਕੇ ਵੀ ਆਪਾਂ ਆਪਾਂ ਇਹੋ ਜਿਹੀਆਂ ਜਬਲਾਂ ਦੇ ਪਿੱਛੇ ਲੱਗਣਾ ਸ਼ੇਮ ਔਨ ਯੂ ਗਰਲਸ ਵੇਟ ਐਂਡ ਵਾਚ ਜਿਹੜੀ ਪੜ੍ਹੀ ਲਿਖੀ ਆ ਨਾ ਮੈਜਿਸਟ੍ਰੇਟ ਜੱਜ ਜਿਹੜੀ ਦੱਸਦੀ ਆ ਉਹ ਐਡੇ ਅਹੁਦੇ ਦੀ ਤੂੰ ਬੇਇੱਜ਼ਤੀ ਕਰ ਰਹੀ ਹੈ ਮੈਂ ਉੱਥੋਂ ਦੇ ਜੱਜਸ ਦਾ ਪੈਨਲ ਆ ਨਾ ਜਿਹੜਾ ਯੂਕੇ ਦਾ ਉੱਥੇ ਆਊਂਗਾ ਤੇ ਉਹਨਾਂ ਨੂੰ ਤੇਰੀ ਦੱਸੂਗਾ ਜੀ ਦਿਸ ਇਜ਼ ਦਿਸ ਦਿਸ ਐਂਡ ਦਿਸ ਗੋਇੰਗ ਔਨ ਤੇ ਮੈਨੂੰ ਫੁੱਦੂ ਗਿਆ ਸੀ ਨਾ ਉਹ ਬੇਅਕਲੇ ਉਹ ਤੁਹਾਡਾ ਦੋਨਾਂ ਦਾ ਫੁੱਦੂ ਲਾ ਗਈ ਕਿੱਥੇ ਮੂੰਹ ਲੁਕਾਵੋਂਗੀਆਂ ਤੁਸੀਂ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਮੈਂ ਕੀਤੀ ਨਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਲਿਸਨ ਗਰਲ ਮੈਂ ਤੁਹਾਨੂੰ ਇਹ ਨਹੀਂ ਥੋੜੀ ਮਿਹਨਤ ਨਹੀਂ ਸੀ ਕੀਤੀ ਮੈਂ ਕਿਹਾ ਲਿਸਨ ਮੈਂ ਤੇਰੀ ਮੈਨੂੰ ਚੈਟ ਤੇ ਆਇਆ ਸੀਗਾ ਕਿ ਤੂੰ ਮੈਨੂੰ ਲਿੰਕ ਭੇਜਿਆ ਤੇ ਨਾ ਰਿਪਲਾਈ ਮੈਂ ਕਿਹਾ ਯੂ ਰੀਲੀ ਥਿੰਕ ਆਈ ਡਿਡ ਦੈਟ ਮੈਂ ਕਿਹਾ ਚਲੋ ਮੈਂ ਪੜ੍ਹੇ ਨਹੀਂ ਸੀ ਤੇਰੀ ਡਿਸਕ੍ਰਿਪਸ਼ਨ ਜੋ ਵੀ ਸੀਗਾ ਵੀ ਤੂੰ ਕੌਣ ਮੈਨੂੰ ਐਸੀ ਵੀ ਚਲ ਕੋਈ ਅਕਾਊਂਟ ਹੈ ਕੋਈ ਕੁੜੀ ਚਲ ਪੁੱਛ ਰਹੀ ਹੈ ਮੈਂ ਆਨਸਰ ਦੇ ਦਾਂ ਤੇ ਮੈਨੂੰ ਨਹੀਂ ਸੀ ਪਤਾ ਤੂੰ ਕੌਣ ਮੈਨੂੰ ਆਈ ਡਿਡਨਟ ਨੋ ਹਾਊ ਟੂ ਪ੍ਰੋਨਾਂਸ ਯੂਰ ਨੇਮ ਮੈਨ ਬੇਸ਼ਾਂਬਰ ਔਰ ਬੇਸ਼ਰਮ ਟਾਈਪ ਆ ਮੈਂ ਇਦਾਂ ਦੀ ਮੈਨੂੰ ਸਮਝ ਨਹੀਂ ਲੱਗਿਆ ਆਈ ਸਵੇਅਰ ਠੀਕ ਹੈ ਨਾ ਚਲੋ ਹੁਣ ਜ਼ਿਆਦਾ ਨਹੀਂ ਬਸ ਬਹੁਤ ਹੈ ਭਰਿਆ ਹੋਇਆ ਸੀ ਭਰਿਆ ਵਾਲ ਭਰਿਆ ਹੋਇਆ ਅਜੇ ਤਾਂ ਨਿਕਲਣਾ ਹੈ ਵੇਟ ਐਂਡ ਵਾਚ ਮੇਰਾ ਇੱਕ ਜੱਟ ਨੇ ਅਸੂਲ ਰਿਹਾ ਕੁੱਤਿਆਂ 'ਚ ਕਦੇ ਕੁੱਤੇ ਨਹੀਂ ਬਣੇ ਜਿਵੇਂ ਸ਼ੇਰਾਂ ਨੂੰ ਵੀ ਵਰਕ
ਨਹੀਂ ਪੈਂਦਾ ਕਿੱਦਾਂ ਦਾ ਸੋ ਮੂਸੇ ਦੇ ਗਾਣੇ ਦੀ ਸੁਣਾ ਮੈਂ ਤਾਂ ਹੀ ਪਾਈ ਸੀ ਉਹਦਾ ਇਸ ਅ ਘੈਂਟ ਆਰਟਿਸਟ ਮੈਂ ਆਮ ਅ ਫੈਨ ਆਫ ਹਿਮ ਤੇ ਬਟ ਮੈਂ ਕਦੇ ਉਹਦੇ ਪਾਉਂਦਾ ਨਹੀਂ ਹੁੰਦਾ ਹਨਾ ਪਹਿਲਾਂ ਮੈਂ ਕਿਹਾ ਵੀ ਲੋਕ ਕਹਿਣਗੇ ਪਤਾ ਨਹੀਂ ਕਿਉਂ ਪਾਉਂਦੇ ਨੇ ਖਾਨੀ ਹੁਣ ਮੂਸੇ ਦੇ ਨੇੜੇ ਲੱਗਣ ਨੂੰ ਫਿਰਦੇ ਨੇ ਨੋ ਇਸ ਅ ਨਾਈਸ ਗਾਏ ਮੈਂ ਉਹਨੂੰ ਮਿਲਿਆ ਤੇ ਚੰਗਾ ਭਰਾ ਵਧੀਆ ਪਿਆਰ ਨਾਲ ਰਿਸਪੈਕਟ ਨਾਲ ਮਿਲਿਆ ਸੋ ਮੈਨੂੰ ਵਧੀਆ ਲੱਗਿਆ ਤੇ ਤਾਂ ਵਾਈ ਸੀ ਕਿਉਂਕਿ ਸਾਡੇ ਜਿਹੜੇ ਸਾਡੇ ਕਿਰਦਾਰ ਨੇ ਨਾ ਸਾਡੇ ਕਿਰਦਾਰ ਜਿਹੜੇ ਨੇ ਉਹ ਜ਼ਮੀਰ ਮਰਿਆਂ ਵਾਲੇ ਨਹੀਂ ਹੈਗੇ ਠੀਕ ਹੈ ਇਸ ਬਾਰੇ ਕੀ ਵਿਚਾਰ ਹੈ ਕਿ ਜੋ ਗੱਲਾਂ ਅਰਸ਼ ਬੈਣੀਪਾਲ ਨੇ ਕਹੀਆਂ ਕੀ ਤੁਹਾਨੂੰ ਲੱਗਦਾ ਕਿ ਅਰਸ਼ ਬੈਣੀਪਾਲ ਸੱਚਾ ਜਾਂ ਜੋ ਗੱਲਾਂ ਉਸ ਕੁੜੀ ਨੇ ਕਹੀਆਂ ਸੀ ਉਹ ਸੱਚੀ ਲੱਗਦੀ ਆ ਸੋ ਤੁਸੀਂ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ ਅਤੇ ਨਾਲ ਦੀ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਮੁੱਦੇ ਬਾਰੇ ਆਪਣੀ ਰਾਏ ਦੇ ਸਕਣ ਅਤੇ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਆਪਾਂ ਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਓ ਕਿਉਂਕਿ ਆਪਾਂ ਉੱਥੇ ਵੀ ਹਰ ਰੋਜ਼ ਤਾਜ਼ਾ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਆਪਣੀ ਇੰਸਟਾਗ੍ਰਾਮ ਆਈਡੀ @BollyHollyBaba ਸੋ ਜੀ ਇੰਨੇ ਸ਼ਬਦ ਨਾਲ ਲੈਂਦੇ ਹਾਂ ਜਾਂ ਅੱਜ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ।